ਮਾਂ ਅਜੀਤ ਕੌਰ ਅਤੇ ਉਹਦਾ ਪੋਤਾ ਅਰਮਾਨ ਘਰੇ ਚੱਲੇ ਨੇ ਵਾਪਸ। ਜਿਸ ਦਿਨ ਦਾਦੀ ਨੂੰ ਲੈ ਕੇ ਆਇਆ ਸੀ ਪੋਤਾ ਗੱਡੀ 'ਚ ਪਾ ਕੇ, ਪੂਰਾ ਸਰੀਰ ਫੁੱਲਿਆ ਪਿਆ ਸੀ, ਪਸਲੀਆਂ ਟੁੱਟ ਕੇ ਅੰਦਰ ਵੜ ਗਈਆਂ ਸੀ, ਢਿੱਡ 'ਚ ਪਾਣੀ ਭਰ ਗਿਆ ਸੀਗਾ। ਮਹਾਰਾਜ ਦੇ ਅੱਜ ਹੋਰ ਕੱਲ੍ਹ ਹੋਰ ਠੀਕ ਹੁੰਦਿਆਂ ਹੁੰਦਿਆਂ ਬੇਬੇ ਆ ਕਰੀਬ ਇੱਕ ਮਹੀਨੇ ਦੇ ਵਿੱਚ ਆਪਣੇ ਪੈਰਾਂ 'ਤੇ ਖੜੀ ਅਤੇ ਅੱਜ ਵਾਪਸ ਚੱਲੀ ਆ ਘਰੇ। ਆਹ ਚੀਜ਼ਾਂ ਵੀ ਫੁੱਲ ਗਈਆਂ ਸੀ, ਅੰਦਰ ਸਾਰਾ ਢਿੱਡ ਦੇ ਵਿੱਚ ਪਾਣੀ ਭਰ ਗਿਆ ਸੀ, ਅੰਤੜੀਆਂ ਟੁੱਟ ਗਈਆਂ ਸੀ, ਪਸਲੀਆਂ ਟੁੱਟ ਕੇ ਅੰਦਰ ਵੜ ਗਈਆਂ। ਅਤੇ ਅਰਮਾਨ ਨਿੱਕਾ ਜਿਹਾ ਜਿਹੜਾ ਵੱਡਾ ਹੋ ਕੇ ਆਪਣੀ ਦਾਦੀ ਦੀ ਸੇਵਾ ਕਰਨਾ ਚਾਹੁੰਦਾ, ਪੜ੍ਹ ਲਿਖ ਕੇ ਕੁਛ ਬਣਨਾ ਚਾਹੁੰਦਾ, ਆਪਣੀ ਭੈਣ ਸੁਖਮਨ ਨੂੰ ਵੀ ਕਹਿੰਦਾ ਮੈਂ ਇੱਥੋਂ ਲਿਜਾਊਂਗਾ, ਉਹਦੀ ਵੀ ਮੈਂ ਸੇਵਾ ਕਰੂੰਗਾ, ਪਾਲੂੰਗਾ, ਉਹਦੇ ਵੀ ਪਰਵਰਿਸ਼ ਕਰੂੰਗਾ ਮੈਂ। ਨੀਤਾਂ ਨੂੰ ਮੁਰਾਦਾਂ ਵਾਂ ਭਾਈ, ਅਤੇ ਜੇ ਬੰਦੇ ਦੀ ਨੀਤ ਸਹੀ ਹੋਵੇ ਨਾ ਤਾਂ ਰੱਬ ਵੀ ਸੂਲੀ ਨੂੰ ਸੂਲ ਬਣਾ ਦਿੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨੀਤਾਂ ਨੂੰ ਮੁਰਾਦਾਂ ਵਾਂ ਭਾਈ, ਅਤੇ ਜੇ ਬੰਦੇ ਦੀ ਨੀਤ ਸਹੀ ਹੋਵੇ ਨਾ ਤਾਂ ਰੱਬ ਵੀ ਸੂਲੀ ਨੂੰ ਸੂਲ ਬਣਾ ਦਿੰਦਾ। ਕਿਸੇ ਨੂੰ ਸੂਲੀ 'ਤੇ ਚਾੜ੍ਹਨ ਲੱਗੇ ਸੀ ਅਤੇ ਪਰ ਉਹਦੇ ਸੂਲ ਵੱਜ ਕੇ ਹੀ ਸਰ ਗਿਆ। ਇਸੇ ਤਰ੍ਹਾਂ ਹੀ ਅੱਜ ਇਸ ਮਾਂ ਨਾਲ ਸਾਡੀ ਨਾਲ ਹੋਇਆ, ਮਾਂ ਦੀ ਪੋਤੀ ਆ, ਸਾਡੇ ਸੁਪਨਿਆਂ ਦੇ ਘਰ ਦੇ ਵਿੱਚ ਰਹਿ ਰਹੀ ਹੈ ਸਾਡੀ ਧੀ ਰਾਣੀ। ਅੱਜ ਮਾਂ ਅਜੀਤ ਕੌਰ ਅਤੇ ਉਹਦਾ ਪੋਤਾ ਅਰਮਾਨ ਘਰੇ ਚੱਲੇ ਨੇ ਵਾਪਸ। ਜਿਸ ਦਿਨ ਦਾਦੀ ਨੂੰ ਲੈ ਕੇ ਆਇਆ ਸੀ ਪੋਤਾ ਗੱਡੀ 'ਚ ਪਾ ਕੇ, ਪੂਰਾ ਸਰੀਰ ਫੁੱਲਿਆ ਪਿਆ ਸੀ, ਪਸਲੀਆਂ ਟੁੱਟ ਕੇ ਅੰਦਰ ਵੜ ਗਈਆਂ ਸੀ, ਢਿੱਡ 'ਚ ਪਾਣੀ ਭਰ ਗਿਆ ਸੀਗਾ, ਅਤੇ ਉਮੀਦ ਐਂ ਸੀਗੀ ਵੀ ਪਤਾ ਨਹੀਂ ਕੀ ਬਣੂਗਾ। ਬਸ ਦਾਦੀ ਇੱਕੋ ਹੀ ਰੌਲਾ ਪਾਈ ਜਾਂਦੀ ਸੀ ਵੀ ਉੱਥੇ ਮੱਝ ਖੜੀ ਹੈ ਸੂਣ ਵਾਲੀ, ਉਹ ਇੱਥੇ ਲੈ ਆਓ ਤੁਸੀਂ, ਉੱਥੇ ਭੁੱਖੀ ਮਰ ਜੂ, ਉਹਨੂੰ ਆਟਾ ਦਾਣਾ ਨਹੀਂ ਪਾਉਣਾ ਉੱਥੇ ਕਿਸੇ ਨੇ। ਫਿਰ ਅਸੀਂ ਮੱਝ ਵੀ ਲੈ ਆਉਂਦੀ, ਬੇਬੇ ਆਈ ਸੀ ਯੂ ਦੇ ਵਿੱਚ ਰਹੀ, ਸੀਰੀਅਸ ਸੀ। ਵਾਹਿਗੁਰੂ ਦੀ ਕਿਰਪਾ ਨਾਲ ਸੁਖਮਨ ਦੀ ਦਾਦੀ ਅਤੇ ਅਰਮਾਨ ਦੀ ਦਾਦੀ ਆਪਣੇ ਆਪ ਹੀ ਠੀਕ ਹੋਣ ਲੱਗ ਗਈ। ਡਾਕਟਰਾਂ ਨੇ ਇੱਥੇ ਪਾਈਪ ਪਾ ਦਿੱਤੀ ਢਿੱਡ 'ਚ ਗਲੀ ਕੱਢ ਕੇ, ਉਹ ਗੰਦਾ ਪਾਣੀ ਜਿਹੜਾ ਅੰਦਰ ਜਮ੍ਹਾਂ ਹੋਇਆ ਸੀ ਉਹ ਨਿਕਲਣ ਲੱਗ ਗਿਆ। ਮਹਾਰਾਜ ਦੇ ਅੱਜ ਹੋਰ ਕੱਲ੍ਹ ਹੋਰ ਠੀਕ ਹੁੰਦਿਆਂ ਹੁੰਦਿਆਂ ਬੇਬੇ ਆ ਕਰੀਬ ਇੱਕ ਮਹੀਨੇ ਦੇ ਵਿੱਚ ਆਪਣੇ ਪੈਰਾਂ 'ਤੇ ਖੜੀ ਅਤੇ ਅੱਜ ਵਾਪਸ ਚੱਲੀ ਆ ਘਰੇ। ਅਤੇ ਜਦੋਂ ਹਾਲਾਤ ਇੱਦਾਂ ਦੇ ਬਣੇ ਸੀ ਵੀ ਬਿੰਦ ਇੱਕ ਘੜੀ ਐਂ ਲੱਗਦਾ ਸੀ ਪਤਾ ਨਹੀਂ ਕੀ ਬਣੂ। ਆਹ ਚੀਜ਼ਾਂ ਵੀ ਫੁੱਲ ਗਈਆਂ ਸੀ, ਅੰਦਰ ਸਾਰਾ ਢਿੱਡ ਦੇ ਵਿੱਚ ਪਾਣੀ ਭਰ ਗਿਆ ਸੀ, ਅੰਤੜੀਆਂ ਟੁੱਟ ਗਈਆਂ ਸੀ, ਪਸਲੀਆਂ ਟੁੱਟ ਕੇ ਅੰਦਰ ਵੜ ਗਈਆਂ ਸੀ। ਘਰੇ ਸਫਾਈ ਕਰਨ ਲੱਗੀ, ਪੌੜੀ 'ਤੇ ਚੜ੍ਹ ਕੇ ਆ ਜਾਲੇ ਲਾਉਣ ਲੱਗ ਗਈ, ਉਹ ਪੌੜੀ ਉੱਪਰੋਂ ਟੰਬਾ ਟੁੱਟ ਗਿਆ, ਰੁੜਦੀ ਰੁੜਦੀ ਥੱਲੇ ਆ ਕੇ ਵੱਜੀ, ਆ ਸਾਰੇ ਟੰਬੇ ਇੱਥੇ ਛਾਤੀ 'ਚ ਵੱਜੀ ਗਏ ਇਹਦੇ ਇੱਥੇ ਆ ਜਗ੍ਹਾ 'ਤੇ। ਅਤੇ ਅਰਮਾਨ ਨਿੱਕਾ ਜਿਹਾ ਜਿਹੜਾ ਵੱਡਾ ਹੋ ਕੇ ਆਪਣੀ ਦਾਦੀ ਦੀ ਸੇਵਾ ਕਰਨਾ ਚਾਹੁੰਦਾ, ਪੜ੍ਹ ਲਿਖ ਕੇ ਕੁਛ ਬਣਨਾ ਚਾਹੁੰਦਾ, ਆਪਣੀ ਭੈਣ ਸੁਖਮਨ ਨੂੰ ਵੀ ਕਹਿੰਦਾ ਮੈਂ ਇੱਥੋਂ ਲਿਜਾਊਂਗਾ, ਉਹਦੀ ਵੀ ਮੈਂ ਸੇਵਾ ਕਰੂੰਗਾ, ਪਾਲੂੰਗਾ, ਉਹਦੇ ਵੀ ਪਰਵਰਿਸ਼ ਕਰੂੰਗਾ ਮੈਂ। 6ਵੀਂ ਕਲਾਸ 'ਚ ਪੜ੍ਹਦਾ ਬੱਚਾ, ਅਰਦਾਸ ਕਰਿਓ ਅਰਮਾਨ ਦੇ ਸੁਪਨੇ ਪੂਰੇ ਹੋਣ, ਅਰਮਾਨ ਪੜ੍ਹ ਲਿਖ ਕੇ ਚੰਗਾ ਅਫਸਰ ਬਣੇ, ਆਪਣੀ ਦਾਦੀ ਦਾ ਆਪਣੀ ਭੈਣ ਦਾ ਉਹ ਖਿਆਲ ਰੱਖ ਸਕੇ। ਇਹ ਜਿਹੜੀ ਅੱਜ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਹੈ ਨਾ, ਇਹ ਨੀਤਾਂ ਨੂੰ ਮੁਰਾਦਾਂ ਦੀ ਆ, ਕਿਉਂਕਿ ਦਾਦੀ ਦੀ ਨੀਅਤ ਹੈ ਨਾ ਜਿਹੜੀ ਉਹ ਸਾਫ਼, ਉਹ ਚਾਹੁੰਦੀ ਹੈ ਮੈਂ ਆਪਦੇ ਪੋਤੇ ਨੂੰ ਕੁਛ ਬਣਾਵਾਂ, ਮੇਰਾ ਪੁੱਤ ਚੱਲਿਆ ਗਿਆ, ਮੈਂ ਆਪਣੇ ਪੁੱਤ ਦੇ ਪੁੱਤ ਨੂੰ ਬਣਾਵਾਂ ਕੁਛ, ਚਾਹੇ ਨੂੰਹ ਨਹੀਂ ਰਹੀ
ਪਰ ਮੈਂ ਆਪਣੀ ਪੋਤੀ ਨੂੰ ਮੰਦਬੁੱਧੀ ਨੂੰ ਜਿਹੜੀ ਹੁਣ ਦਾਦੀ ਨੂੰ ਮਾਰਦੀ ਸਿੱਟ ਦਿੰਦੀ ਸੀ, ਉਹਨੂੰ ਪਤਾ ਹੀ ਨਹੀਂ ਸੀ ਵਿਚਾਰੀ ਨੂੰ, ਬਜ਼ੁਰਗ ਜ਼ਿਆਦਾ ਬਜ਼ੁਰਗ ਹੋ ਰਹੀ ਸੀ, ਇੱਥੇ ਸਾਡੇ ਕੋਲ ਲੈ ਕੇ ਆਈ ਸੀ, ਅਸੀਂ ਸੁਖਮਨ ਨੂੰ ਇੱਥੇ ਰੱਖ ਲਿਆ ਵੀ ਚੱਲ ਤੂੰ ਪੋਤੇ ਨੂੰ ਪਾਲ ਆਪਦੇ ਨੂੰ। ਪਰ ਸੂਲੀ ਸੂਲ ਬਣ ਗਈ ਇਸ ਵਾਰ। ਅਰਦਾਸ ਕਰਿਓ ਅੱਗੋਂ ਵੀ ਮਾਤਾ ਜੀਤ ਕੌਰ ਤੰਦਰੁਸਤ ਰਹੇ, ਚੜ੍ਹਦੀ ਕਲਾ 'ਚ ਰਹੇ, ਆਪਣੇ ਪੋਤੇ ਨਾਲ ਰਹਿ ਕੇ ਪੋਤੇ ਦਾ ਆਉਣ ਵਾਲਾ ਜੀਵਨ, ਆਉਣ ਵਾਲਾ ਭਵਿੱਖ ਸਵਾਰ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਚੰਗਾ ਪੁੱਤ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਹੀਂ ਮੇਰਾ ਪੁੱਤ, ਅਸੀਂ ਖੜ ਸਕੀਏ ਮਾਂ ਪਿਓ ਦੀ ਥਾਂ ਤੇ, ਮਹਾਰਾਜ ਸਾਨੂੰ ਹਿੰਮਤ ਬਖਸ਼ੇ। ਠੀਕ ਹੈ, ਮੇਰਾ ਦਿਲ ਜਦੋਂ ਮੈਂ ਆ ਜਾਂਦੀ ਮੇਰਾ ਇੱਥੇ ਬੜਾ ਖੁਸ਼ ਹੁੰਦਾ ਵਾ, ਪਰ ਇਹ ਨਹੀਂ ਦਿਲ ਨਾ। ਕੋਈ ਨਾ, ਇਹਨੇ ਪੜ੍ਹਨਾ ਹੈ ਨਾ, ਇਹ ਕਹਿੰਦਾ ਮੈਂ ਕੁਛ ਬਣਨਾ ਬਣਨਾ ਕਰਕੇ ਜਾਂ ਉੱਥੇ ਅੰਗਰੇਜ਼ੀ 'ਚ ਕੱਲ ਪਰਸੋਂ ਦਾ ਹੀ ਮੇਰੇ ਕਿਹੜੇ ਪੈ ਹੁਣ। ਅਸੀਂ ਇੱਥੇ ਨੂੰ ਅਸੀਂ ਸਕੂਲ ਲਾਤਾ ਸੀ ਸੱਚ, ਅਰਮਾਨ ਨੂੰ ਅਸੀਂ ਇੱਥੇ ਸਕੂਲੇ ਦਾਖਲਾ ਕਰਾਤਾ, 6ਵੀਂ 'ਚ ਪੜ੍ਹਾਈ ਸ਼ੁਰੂ ਹੋ ਗਈ ਸੀ, ਪਰ ਉੱਥੇ ਇੰਗਲਿਸ਼ ਮੀਡੀਅਮ 'ਚ ਪੜ੍ਹਦਾ ਸੀ, ਇੱਥੇ ਅਸੀਂ ਸਾਡੇ ਇੱਥੇ ਜਿਹੜਾ ਪ੍ਰਾਇਮਰੀ ਸਕੂਲ 'ਚ ਜਿਵੇਂ ਉੱਥੇ ਬੱਚਿਆਂ ਨਾਲ ਲਾਤਾ ਸੀ। ਇਹ ਕਹਿੰਦੇ ਨਹੀਂ ਮੇਰੀ ਉੱਥੇ ਪੜ੍ਹਾਈ ਜ਼ਿਆਦਾ, ਮੈਂ ਉੱਥੇ ਹੀ ਪੜ੍ਹਨਾ ਜਾ ਕੇ। ਬਸ ਦਾਦੀ ਨੂੰ ਐਂ ਕਰੀ ਜਾਂਦਾ ਵੀ ਚੱਲ ਦਾਦੀ ਚੱਲੀਏ, ਚੱਲ ਦਾਦੀ ਚੱਲੀਏ। ਹੈਂ, ਦਾਦੀ ਦਾ ਤੇ ਦਿਲ ਲੱਗ ਗਿਆ ਸੀ, ਕਹਿੰਦੀ ਚੱਲ ਕੋਈ ਨਾ ਕੋਈ ਨਾ, ਇਹਦੇ ਪਿੱਛੇ ਹੁਣ ਮੈਨੂੰ ਜਾਣਾ। ਨਹੀਂ ਨਹੀਂ ਕੋਈ ਨਾ, ਜੋ ਦਾਣਾ ਪਾਣੀ ਜਿਵੇਂ ਹੈ। ਖਾਲਸਾ ਵਾਹਿਗੁਰੂ ਜੀ।